ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਜੀਤ ਵੈਬ ਟੀਵੀ ਦੇ ਦਰਸ਼ਕਾਂ ਦਾ ਜਾਇਕਾ ਪ੍ਰੋਗਰਾਮ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਤੇ ਲੋ, ਅੱਜ ਆਪਾਂ ਬਣਾਵਾਂਗੇ ਲੈਮਨ ਚਿਕਨ, ਜੋ ਕਿ ਬਣਾਉਣ 'ਚ ਬਹੁਤ ਹੀ ਆਸਾਨ ਹੈ, ਬੱਚਾ ਵੀ ਬਣਾ ਸਕਦਾ ਹੈ। ਇਸ ਤਰ੍ਹਾਂ ਦੀ ਵਿਧੀ ਹੈ, ਤੇ ਚਲੋ ਆਓ। ਹਾਂਜੀ, ਸਮੱਗਰੀ ਸਾਰੇ ਨੋਟ ਕਰੋ। ਚਿਕਨ ਦੇ 10 ਕੁ ਪੀਸ ਨੇ, ਲੈਗ ਪੀਸ ਨੇ ਚਿਕਨ ਦੇ, ਉਸਨੂੰ ਅਸੀਂ ਧੋ ਕੇ ਰੱਖਿਆ ਹੋਇਆ ਹੈ। ਤੇ 5-6 ਜਿਹੜੇ ਸਾਡੇ ਕੋਲ ਨਿੰਬੂ ਨੇ, ਸਜਾਉਣ ਦੇ ਲਈ ਥੋੜ੍ਹੀ ਜਿਹੀ ਸਮੱਗਰੀ ਹੈ ਸਾਡੇ ਕੋਲ, ਅਦਰਕ ਲਸਣ ਦਾ ਪੇਸਟ ਹੈ, 1 ਚਮਚ ਨਮਕ, 1 ਚਮਚ ਹੀ ਜਿਹੜਾ ਹੈ ਇਹਦੇ 'ਚ ਕਾਲੀ ਮਿਰਚ ਪਏਗੀ, 1 ਚਮਚ ਜੀਰਾ ਪਾਊਡਰ, ਅਤੇ ਥੋੜ੍ਹੀ ਜਿਹੀ ਕਸੂਰੀ ਮੇਥੀ ਜਿਹੜੀ 2 ਕੁ ਚਮਚ ਪੈ ਜਾਏਗੀ, ਅਤੇ ਥੋੜ੍ਹਾ ਜਿਹਾ ਬਟਰ ਹੈ। ਬਟਰ ਅਤੇ ਨਿੰਬੂ ਜਿਹੜਾ ਹੈ ਉਹੀ ਜਿਹੜਾ ਹੈ ਚਿਕਨ ਨੂੰ ਗਾਲੇਗਾ। ਅਤੇ ਇਹ ਜਿਹੜੀ ਰੈਸਪੀ ਹੈ ਸਿਰਫ ਗਿਣ ਕੇ 10 ਮਿੰਟ ਦੀ ਹੈ। ਜਿਸ ਦੇ ਵਿੱਚ ਤੁਸੀਂ ਮੈਰੀਨੇਟ ਕਰੋਗੇ ਉਸੀ ਚੀਜ਼ ਤੁਸੀਂ ਬਣਾਓਗੇ, ਜਿਸ ਤਰ੍ਹਾਂ ਕਿ ਆਪਾਂ ਕੜਾਹੀ ਦੇ ਵਿੱਚ ਮੈਰੀਨੇਟ ਕਰ ਲੈਂਦੇ, ਨਾਲ ਹੀ ਉਹੀ ਕੜਾਹੀ ਜਿਹੜੀ ਹੈ ਅਸੀਂ ਸਿੱਧੀ ਡਾਇਰੈਕਟ ਜਿਹੜੀ ਹੈ ਵੀ ਗੈਸ ਦੇ ਉੱਤੇ ਰੱਖ ਦਾਂਗੇ। ਜਿਸ ਤਰ੍ਹਾਂ ਕਿ ਦੇਖੋ ਲੱਗੇ ਲੈਗ ਪੀਸ ਨੇ, ਉਸਨੂੰ ਅਸੀਂ ਧੋ ਕੇ ਰੱਖਿਆ ਹੋਇਆ। ਅਤੇ ਲਓ ਜੀ, ਹੁਣ ਅਸੀਂ ਇਸਨੂੰ ਇੱਕ ਜਸਟ ਕੱਟ ਲਗਾਵਾਂਗੇ, ਜ਼ਿਆਦਾ ਨਹੀਂ ਕੱਟ ਲਗਾਉਣਾ, ਉਹ ਕੱਟ ਇਸ ਲਈ ਹੈ ਤਾਂ ਕਿ ਇਸਦੇ ਵਿੱਚ ਜਿਹੜਾ ਮਸਾਲਾ ਹੈ ਰਚ ਜਾਏ। ਇੱਕ ਇੱਕ ਦੋ ਦੋ ਕੱਟ ਲਗਾਵਾਂਗੇ ਤਾਂ ਕਿ ਜਿਹੜਾ ਇਹਦੇ 'ਚ ਮਸਾਲਾ ਹੈ ਸਾਰਾ ਰਚ ਜਾਏ। ਲੈਗ ਪੀਸ ਖਾਣਾ ਬੜਾ ਬਹੁਤ ਆਸਾਨ ਹੁੰਦਾ ਹੈ, ਇਸ ਲਈ ਲੈਗ ਪੀਸ ਆਪਾਂ ਲੈ ਕੇ ਆਏ ਹਾਂ। ਲਓ ਜੀ, ਕੱਟ ਲਗਾ ਲਿਆ ਹੁਣ ਅਸੀਂ ਇਹਦੇ ਵਿੱਚ, ਅਤੇ ਹੁਣ ਇਸੀ ਦੇ ਵਿੱਚ ਹੀ ਅਸੀਂ ਜਿਹੜਾ ਹੈ ਆਪਣੀ ਕੜਾਹੀ ਲੈ ਕੇ ਉਸਦੇ ਵਿੱਚ ਬਣਾਵਾਂਗੇ। ਮੈਰੀਨੇਟ ਸਿੱਧਾ ਅਸੀਂ ਕੜਾਹੀ ਦੇ ਵਿੱਚ ਹੀ ਕਰਾਂਗੇ। 1 ਚਮਚ ਸਿਰਫ ਸਾਡੇ ਕੋਲ ਇੱਥੇ ਓਇਲ ਹੈ, ਉਸਦੇ ਵਿੱਚ ਅਸੀਂ ਇਹ ਲੈਗ ਪੀਸ ਪਾ ਦਿੱਤੇ ਨੇ। 1 ਬੜਾ ਚਮਚ ਜਿਹੜਾ ਹੈਗਾ ਅਸੀਂ ਇਹਦੇ ਵਿੱਚ ਨਮਕ ਐਡ ਕਰ ਰਹੇ ਹਾਂ। 1 ਬੜਾ ਹੀ ਚਮਚ ਜਿਹੜਾ ਸਾਡੇ ਕੋਲ ਹੈ ਕਾਲੀ ਮਿਰਚ ਦਾ, ਥੋੜ੍ਹੀ ਜਿਹੀ ਅਸੀਂ ਕਸੂਰੀ ਮੇਥੀ ਵਿੱਚ ਪਾਵਾਂਗੇ, ਕਿਉਂਕਿ ਕਸੂਰੀ ਮੇਥੀ ਦਾ ਹੀ ਫਰੈਗਰੈਂਸ ਹੈ ਇਹਦੀ, ਜਿਹੜੀ ਉਹੀ ਫਲੇਵਰ ਆਏਗਾ ਇਸਦੇ ਵਿੱਚ। ਅਤੇ ਨਿੰਬੂ ਸਾਡੇ ਕੋਲ 7-8 ਨਿੰਬੂ ਨੇ, ਅਸੀਂ ਉਹ ਇਹਦਾ ਰਸ ਜਿਹੜਾ ਹੈਗਾ ਇਹਦੇ ਵਿੱਚ ਪਾਵਾਂਗੇ। ਇੱਕ ਚਮਚ ਅਦਰਕ ਲਸਣ ਦਾ ਪੇਸਟ ਪਾਵਾਂਗੇ, ਇੱਕ ਬੜਾ ਚਮਚ ਬਟਰ ਦਾ ਪਾਵਾਂਗੇ। ਹੁਣ ਇਸ ਨੂੰ ਸਾਰੇ ਨੂੰ ਅੱਛੀ ਤਰ੍ਹਾਂ ਅਸੀਂ ਮਿਕਸ ਕਰ ਦਾਂਗੇ। ਤੁਸੀਂ ਚਾਹੋ ਤਾਂ ਇਸਨੂੰ 1-1.5 ਘੰਟਾ ਬਣਾ ਕੇ ਮੈਰੀਨੇਟ ਕਰਕੇ ਰੱਖ ਸਕਦੇ ਹੋ, ਅਗਰ ਨਹੀਂ ਰੱਖਣਾ ਚਾਹੁੰਦੇ ਤਾਂ ਤੁਸੀਂ ਡਾਇਰੈਕਟ ਵੀ ਇਸਨੂੰ ਬਣਾ ਸਕਦੇ ਹੋ। ਹੁਣ ਕਰਨਾ ਅਸੀਂ ਕੁਛ ਨਹੀਂ ਹੈ ਜੀ, ਸਿੱਧਾ ਇਸ ਨੂੰ ਅਸੀਂ ਗੈਸ ਦੇ ਉੱਤੇ ਰੱਖਾਂਗੇ, ਅਤੇ 10 ਮਿੰਟ ਦੀ ਅਸੀਂ ਜਸਟ ਇੱਕ ਬ੍ਰੇਕ ਲਾਂਗੇ, ਅਤੇ ਦੇਖੋ ਬ੍ਰੇਕ ਤੋਂ ਬਾਅਦ ਸਾਡਾ ਜਿਹੜਾ ਚਿਕਨ ਹੈ ਤਿਆਰ ਹੋਏਗਾ। ਰੱਖ ਦਿੱਤਾ ਹੈ ਚਿਕਨ, ਅਤੇ ਹੁਣ ਅਸੀਂ ਇਸਨੂੰ ਕਰ ਦਾਂਗੇ ਬੰਦ, ਅਤੇ 10 ਮਿੰਟ ਬਾਅਦ ਅਸੀਂ ਆਪਣਾ ਇਸਦਾ ਢੱਕਣ ਚੁੱਕਾਂਗੇ, ਅਤੇ ਸਾਡਾ ਜਿਹੜਾ ਚਿਕਨ ਹੈ ਤਿਆਰ ਹੋਇਆ ਹੋਏਗਾ। ਲਓ ਜੀ, ਚਿਕਨ ਨੂੰ ਹੁਣ ਅਸੀਂ ਮੈਰੀਨੇਟ ਕਰਕੇ ਅਸੀਂ ਡਾਇਰੈਕਟ ਹੀ ਜਿਹੜਾ ਹੈਗਾ ਆਪਣੇ ਗੈਸ ਦੇ ਉੱਤੇ ਰੱਖ ਦਿੱਤਾ ਹੈ, ਅਤੇ 10 ਮਿੰਟ ਦੀ ਅਸੀਂ ਇੰਤਜ਼ਾਰ ਕਰਾਂਗੇ, ਅਤੇ ਸਾਡਾ ਜਿਹੜਾ ਚਿਕਨ ਹੈ ਗਲ ਕੇ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਚੁੱਕਿਆ ਹੋਏਗਾ, ਅਤੇ ਆਪਾਂ 10 ਮਿੰਟ ਸਿਰਫ ਵੇਟ ਕਰਨੀ ਹੈ ਇਸਦੀ। ਲਓ ਜੀ, ਲੈਮਨ ਚਿਕਨ ਹੁਣ ਅਸੀਂ ਦੇਖਣ ਜਾ ਰਹੇ ਹਾਂ ਕੀ ਪੋਜੀਸ਼ਨ ਹੈ ਉਸਦੀ। ਆਹਾ, ਖੁਸ਼ਬੂ ਹੈ ਚਾਰੋਂ ਤਰਫ। ਹੁਣ ਅਸੀਂ ਇਸਦੇ ਵਿੱਚ ਥੋੜ੍ਹਾ ਜਿਹਾ ਐਡ ਕਰਾਂਗੇ ਆਪਣਾ ਪਿਆਜ਼ ਐਡ ਕਰ ਰਹੇ ਹਾਂ, ਲਾਲ ਸ਼ਿਮਲਾ ਮਿਰਚ, ਪੀਲੀ ਸ਼ਿਮਲਾ ਮਿਰਚ, ਅਤੇ ਥੋੜ੍ਹੀ ਜਿਹੀ ਹਰੀ ਸ਼ਿਮਲਾ ਮਿਰਚ। ਬਿਨਾ ਢੱਕੇ ਹੀ ਪਕਾਵਾਂਗੇ ਇਸਨੂੰ। ਲਾਲ ਹਰੀ ਮਿਰਚ ਜ਼ਿਆਦਾ ਨਹੀਂ ਪਕਾਉਣੀ, ਸਿਰਫ ਉਹਦਾ ਜਸਟ ਕਰੰਚ ਆਉਣਾ ਚਾਹੀਦਾ। ਦੋ ਤੋਂ 3 ਮਿੰਟ ਦੇ ਅੰਦਰ ਅੰਦਰ ਸਾਡਾ ਜਿਹੜਾ ਹੈਗਾ ਲੈਮਨ ਚਿਕਨ ਰੈਡੀ ਹੈ। ਲਓ ਜੀ, ਲੈਮਨ ਚਿਕਨ ਗਲ ਗਿਆ ਹੈ, ਦੇਖੋ ਇਸਦੀ ਪਹਿਚਾਣ, ਆਹ ਦੇਖੋ ਟੁੱਟ ਰਿਹਾ ਹੈ, ਇਹ ਪੂਰੀ ਤਰ੍ਹਾਂ ਪ੍ਰੋਪਰ ਗਲ ਗਿਆ ਹੈ। ਹੁਣ ਅਸੀਂ ਗੈਸ ਕਰ ਰਹੇ ਹਾਂ ਬੰਦ, ਅਤੇ ਹੁਣ ਅਸੀਂ ਇਸਨੂੰ ਸਰਵ ਕਰਨ ਜਾ ਰਹੇ ਹਾਂ। ਲਓ ਜੀ, ਲੈਮਨ ਚਿਕਨ ਸਾਡਾ ਬਣ ਕੇ ਤਿਆਰ ਹੈ। ਉਮੀਦ ਹੈ ਤੁਸੀਂ ਇਸਨੂੰ ਬਣਾਓਗੇ, ਖਾਓਗੇ ਅਤੇ ਖਿਲਾਓਗੇ। ਸਰਮਨਮੀਤ ਕੌਰ ਸੱਗੂ ਨੂੰ ਦਿਓ ਇਜਾਜ਼ਤ, ਅਗਲੇ ਐਪੀਸੋਡ ਦੇ ਵਿੱਚ ਫਿਰ ਮਿਲਾਂਗੇ। ਧੰਨਵਾਦ ਤੁਹਾਡਾ।